ਆਉਂਦੀ ਤੁਰੀ ਆਉਂਦੇ ਨੇ ਹੌਲੀ ਹੌਲੀ ਮਾਦੇ ਆਲੇ ਦੁਆਲੇ ਅਸਲਾਮ ਵਾਲੇਕੁਮ ਜੀ। ਅੱਛਾ ਵੀ ਡਰਾਮਾ ਹੋਵੇ ਕੋਈ ਭਾਵੇਂ ਕੋਈ ਫਿਲਮ ਹੋਵੇ ਉਹਨੂੰ ਵੇਖ ਕੇ ਨਾ ਤਕਰੀਬਨ ਕੋਈ ਚੰਦ ਬੰਦੇ ਹੁੰਦੇ ਆ ਜਿਹੜੇ ਕਿ ਉਹਨਾਂ ਦੇ ਵਿੱਚੋਂ ਸਬਕ ਸਿੱਖਦੇ ਆ ਜਾਂ ਗੱਲ ਲੱਭਦੇ ਆ, ਨਹੀਂ ਤਾਂ ਬਹੁਤੇ ਤਾਂ ਫਿਰ ਉਹ ਦੇਖ ਕੇ ਕਹਿੰਦੇ ਲਓ ਜੀ ਇੱਦਾਂ ਹੋ ਗਈ ਇੱਦਾਂ ਹੋ ਗਈ ਮਜ਼ਾਕ ਚੜਾ ਦੇਣੀ ਗੱਲ। ਗੱਲ ਤੁਹਾਨੂੰ ਸੁਣਾਉਣ ਲੱਗੇ ਹਾਂ ਬੜੀ ਸਮਝਦੀ ਅਤੇ ਬੜੀ ਅਕਲ ਦੀ, ਜਿਹੜੀ ਮੌਲਾ ਜੱਟ ਫਿਲਮ ਦੇ ਵਿੱਚ ਕੋਈ ਥੋੜ੍ਹੀ ਜਿਹੀ ਗੱਲ ਕਹੀ ਹੋਈ ਆ। ਅਤੇ ਫਿਲਮ ਤਾਂ ਸਾਰੀ ਬਹੁਤ ਚੰਗੀ ਆ, ਡਾਇਲਾਗ ਬੜੇ ਚੰਗੇ ਆ, ਅਤੇ ਪਰ ਉਹਦੇ ਵਿੱਚ ਦੋ ਤਿੰਨ ਲਫ਼ਜ਼ ਤੁਹਾਨੂੰ ਦੱਸਣੇ ਆ ਜਿਹੜੇ ਨਾ ਅਦਾਕਾਰਾਂ ਨੇ ਬੋਲੇ ਆ ਅਤੇ ਪਰ ਕਮਾਲ ਕੀਤੀ ਹੋਈ ਆ, ਬਹੁਤ ਸਮਝ ਵਾਲੇ ਲਫ਼ਜ਼ ਆ। ਅੱਛਾ ਮੁਸਤਫਾ ਕੁਰੈਸ਼ੀ ਆ ਮੌਲਾ ਜੱਟ ਫਿਲਮ ਦੇ ਵਿੱਚ, ਅਤੇ ਉਹਨੂੰ ਨਾ ਇਹ ਹੁੰਦਾ ਵਾ ਵੀ ਜਾਣੀ ਮੈਂ ਪੂਰੇ ਦੁਨੀਆ ਦਾ ਵੱਡਾ ਬਦਮਾਸ਼ ਹਾਂ, ਜਾਣੀ ਮੈਨੂੰ ਕੋਈ ਬੰਦਾ ਠੱਲ ਨਹੀਂ ਸਕਦਾ। ਉਹ ਜੇਲ੍ਹ ਦੇ ਵਿੱਚੋਂ ਨਿਕਲਦਾ ਨਾ ਅਤੇ ਉੱਥੇ ਉਹ ਪੁੱਛਦਾ ਉਹਨੂੰ ਜੇਲਰ ਨੂੰ ਵੀ ਕੋਈ ਇੱਦਾਂ ਦਾ ਦੁਸ਼ਮਣ ਦੱਸ ਜਿਹੜਾ ਨਾ ਮੇਰਾ ਇੱਕ ਚੀਰ ਦੇਵੇ ਫਲਾਨਾ ਕਰ ਦੇਵੇ। ਉਹ ਉਹਨੂੰ ਕਹਿੰਦਾ ਵੀ ਤੂੰ ਨਾ ਮੁਲਕ ਹਾਕੂ ਨੂੰ ਟੱਕਰ ਲਾ ਜਾ ਕੇ, ਅਤੇ ਉਹ ਨਾ ਮੁਸਤਫਾ ਕੁਰੈਸ਼ੀ ਪਹਿਲਾਂ ਭਗਤਪੁਰ ਦੇ ਮੇਲੇ ਜਾਂਦਾ, ਉੱਥੇ ਪੰਜਾ ਚੌਂ ਦੇ ਡਾਂਗਾ ਮਾਰ ਕੇ ਸੁੱਟ ਦਿੰਦਾ। ਉਹ ਫੇਰ ਜਾ ਕੇ ਨਾ ਮਲਕ ਹਾਕੂ ਦੇ ਜਾਂਦਾ ਅਤੇ ਅੱਗਿਓਂ ਲਿਆਸ ਕਸ਼ਮੀਰੀ ਪੌੜੀਆਂ ਤੋਂ ਉਤਰਦਾ ਹੁੰਦਾ ਅਤੇ ਇਹ ਉਹਨੂੰ ਜਾ ਕੇ ਕਹਿੰਦਾ ਮਲਕ ਹਾਕੂ ਤੇਰਾ ਨਾਂ ਹੈ ਸੋਹਣਿਆ, ਕਿੰਨੇ ਕੁ ਕਤਲ ਕਰ ਬੈਠਾ, ਥਾਣੇ 'ਚ ਬੜਾ ਹੀ ਨਾਂ ਹੈ ਤੇਰਾ। ਅਤੇ ਉਹ ਅੱਗਿਓਂ ਉਹਨੂੰ ਕਹਿੰਦਾ ਅਲਿਆਸ ਕਸ਼ਮੀਰੀ ਬੜੇ ਸਟਾਈਲ ਨਾਲ ਕਹਿੰਦਾ ਆਪਣੇ ਆਉਣ ਦਾ ਮਕਸਦ ਦੱਸ ਜਵਾਨਾ, ਬੁੱਝੀ ਅੱਗ ਨੂੰ ਫੂਕ ਮਾਰਿਆ ਸਵਾਹ ਆਪਣੇ ਸਿਰ 'ਚ ਹੀ ਪੈਂਦੀ ਹੈ। ਵਾਹ ਬਈ ਵਾਹ, ਕੈਸੀ ਗੱਲ ਕੀਤੀ ਉਹਨੇ ਵੀ ਬੁੱਝੀ ਅੱਗ ਨੂੰ ਫੂਕ ਮਾਰਿਆ ਸਵਾਹ ਆਪਣੇ ਸਿਰ 'ਚ ਹੀ ਪੈਂਦੀ ਹੈ। ਅੱਛਾ ਅੱਗਿਓਂ ਫਿਰ ਮੁਸਤਫਾ ਕੁਰੈਸ਼ੀ ਉਹਨੂੰ ਕੀ ਕਹਿੰਦਾ, ਕਹਿੰਦਾ ਇਹ ਅੱਗ ਦੁਬਾਰਾ ਨਹੀਂ ਬਲ ਸਕਦੀ ਸੋਹਣਿਆ। ਅੱਗਿਓਂ ਲਿਆਸ ਕਸ਼ਮੀਰੀ ਨੇ ਜਿਹੜਾ ਉਹਨੂੰ ਡਾਇਲਾਗ ਕਿਹਾ ਨਾ, ਉਹ ਅੱਜ ਦੇ ਦੌਰ ਦੇ ਵਿੱਚ ਬੜੀ ਗੌਰ ਕਰਨ ਵਾਲੀ ਗੱਲ ਆ ਬਾਈ। ਲਿਆਸ ਕਸ਼ਮੀਰੀ ਉਹਨੂੰ ਅੱਗਿਓਂ ਕਹਿਣ ਲੱਗਾ ਵੀ ਇਹ ਅੱਗ ਬਲ ਪਵੇ ਅਤੇ ਫਿਰ ਪਾਣੀ ਨਾਲ ਨਹੀਂ ਬੁੱਝਦੀ, ਖੂਨ ਨਾਲ ਬੁੱਝਦੀ ਆ। ਕਿਹੜੀ ਅੱਗ? ਦੁਸ਼ਮਣੀ ਦੀ ਅੱਗ। ਗੱਲ ਸਮਝਣ ਦੀ ਆ, ਸੋਚਣ ਦੀ ਆ ਵੀ ਕੈਸੀ ਗੱਲ ਵਾ ਦੁਸ਼ਮਣੀ ਦੀ। ਇਹ ਜਿਹੜੀ ਦੁਸ਼ਮਣੀ ਆ ਨਾ ਬਾਈ, ਬਹੁਤ ਭੈੜੀ ਸ਼ੈ ਆ। ਤੁਸੀਂ ਯਕੀਨ ਕਰ ਲਓ ਵੀ ਇੱਦਾਂ ਇੱਦਾਂ ਦੇ ਪੁੱਤ ਲੋਕਾਂ ਦੇ, ਇੱਦਾਂ ਇੱਦਾਂ ਦੇ ਜੀ ਘਰਾਂ ਦੇ ਘਰ ਵਿਹਲੇ ਹੋ ਗਏ ਇਸ ਕੰਮ ਦੇ ਵਿੱਚ। ਅਤੇ ਇਸ ਦੁਸ਼ਮਣੀ ਦੇ ਵਿੱਚ ਕੱਖ ਨਹੀਂ ਬਾਈ, ਬੜੀ ਸਮਝਾਉਣ ਵਾਲੀ ਗੱਲ ਵਾ ਇਹ ਜਿਹੜੀ ਤੁਹਾਨੂੰ ਫਿਲਮ ਦੇ ਵਿੱਚੋਂ ਡਾਇਲਾਗ ਸੁਣ ਕੇ ਨਾ ਤੁਹਾਨੂੰ ਦੱਸਿਆ ਵਾ ਵੀ ਇੱਦਾਂ ਹੁੰਦੀ ਆ ਇਹ ਗੱਲ। ਅਤੇ ਉਹ ਫਿਰ ਦੱਸਦਾ ਵੀ ਲਿਆਸ ਕਸ਼ਮੀਰੀ ਵੀ ਸਾਡੇ ਵੀ ਪੁੱਤਰ ਅਤੇ ਪੋਤਰੇ ਜਿਹੜੇ ਨਾ ਪੈਰਾਂ 'ਤੇ ਖਲੋਂਦਿਆਂ ਹੀ ਦੁਸ਼ਮਣ ਦਾ ਸਿਰ ਮੰਗਦੇ ਸੀ ਅਤੇ ਉਹ ਵੀ ਕਹਿੰਦੇ ਸੀ ਵੀ ਮਲਕਾਣੀਆਂ ਛੱਡ ਕੇ ਬਾਕੀ ਸਾਰੀਆਂ ਮਾਵਾਂ ਗਿੱਦੜੀ ਜੰਮਦੀਆਂ, ਪਰ ਫਿਰ ਕਹਿੰਦਾ ਇੱਕ ਪੰਜਾਬ ਦੀ ਜੱਟੀ ਨੇ ਇਹੋ ਜਿਹਾ ਪੁੱਤ ਜੰਮਿਆ ਉਹਨੇ ਸਾਡੀ ਜਗੀਰ ਦਾ ਖੜਾਕ ਕਰ ਦਿੱਤਾ। ਮਕਸਦ ਇਹ ਆ ਗੱਲ ਕਰਨ ਦਾ ਵੀ ਆਪਣੇ ਤੋਂ ਹਰ ਇੱਕ ਨੂੰ ਚੰਗਾ ਹੀ ਗਿਣਨਾ ਚਾਹੀਦਾ ਬਾਈ। ਕੋਸ਼ਿਸ਼ ਕਰੋ ਇਹ ਦੁਸ਼ਮਣੀ ਵਾਲੀ ਗੱਲ ਤੋਂ ਬਚੋ, ਹਰ ਬੰਦੇ ਦੇ ਨਾਲ ਮੁਹੱਬਤ ਰੱਖੋ। ਇੱਕ ਬੰਦਾ ਬਦਲਾ ਲੈਣੇ ਵਾਲਾ ਅਤੇ ਇੱਕ ਮਾਫ਼ ਕਰਨੇ ਵਾਲਾ, ਇਹਨਾਂ ਦਾ ਇੰਨਾ ਫਰਕ ਆ ਵੀ ਮੀਆਂ ਮੁਹੰਮਦ ਬਖਸ਼ ਨੇ ਲਿਖਿਆ ਵੀ ਕੱਚ ਵੀ ਮਣਕਾ ਅਤੇ ਲਾਲ ਵੀ ਮਣਕਾ, ਇੱਕੋ ਰੰਗ ਦੋਵਾਂ ਦਾ, ਜਦ ਸਰਾਫਾ ਅੱਗੇ ਜਾਵੇ ਫਰਕ ਹਜ਼ਾਰ ਕੁਆਂ ਦਾ। ਸ਼ੁਕਰੀਆ ਜੀ।